ਬਰਾੜ ਜੱਸੀ ਦੀ ਕਹਾਣੀ ਸੁਰਿੰਦਰ ਕੌਰ ਦਾ ਅਖਾੜਾ। ਬੜੇ ਚਾਅ ਨਾਲ ਮਾਮੇ ਨੇ ਫੁੱਲਾਂ ਵਾਲੀ ਸੋਹਣੀ ਹਰੀ ਫਰਾਕ ਅਤੇ ਗੁਲਾਬੀ ਗਰਾਰਾ ਸੁਆ ਕੇ ਦਿੱਤਾ। ਚੁੰਨੀ 'ਤੇ ਭੰਨਵਾਂ ਗੋਟਾ ਲਵਾ ਦਿੱਤਾ। ਮੇਰੀ ਮਾਸੀ ਦਾ ਵਿਆਹ ਸੀ ਅਤੇ ਚਾਹ ਨਹੀਂ ਚੱਕਿਆ ਜਾ ਰਿਹਾ ਸੀ। ਮਾਸੀ ਪਹਿਲਾਂ ਵਾਲੇ ਦਿਨਾਂ ਤੋਂ ਸੋਹਣੀ ਲੱਗ ਰਹੀ ਸੀ, ਜਿਵੇਂ ਆਉਂਦੇ ਹੁੰਦੇ ਆ ਸੁੱਖ ਨਾਲ ਰੂਪ ਲੋੜੇ ਦਾ ਚੜ੍ਹਿਆ ਹੋਇਆ ਸੀ। ਹਲਦੀ ਅਤੇ ਵੇਸਣ ਨੇ ਮੂੰਹ ਨਿਖਾਰਤਾ ਸੀ। ਰੁਲੀ ਖੁਲੀ ਮਾਸੀ ਪ੍ਰੀਤੀ ਸਪਰੂ ਲੱਗ ਰਹੀ ਸੀ। ਮਾਸੀ ਸਖ਼ਤ ਜਿਹੇ ਸੁਭਾਅ ਦੀ ਅੱਜ ਬੜੀ ਪਿਆਰੀ ਲੱਗ ਰਹੀ ਸੀ। ਲਾਲ ਸੂਹੇ ਜੋੜੇ 'ਚ ਮਾਸੀ ਦੀ ਨਜ਼ਰ ਬਾਰ ਬਾਰ ਨਾਨੀ ਉਤਾਰ ਰਹੀ ਸੀ। ਹਰ ਵੇਲੇ ਟੋਕਾ ਟਕਾਈ ਕਰਨ ਵਾਲੀ ਮਾਸੀ ਅੱਜ ਵਿਹੜੇ 'ਚ ਲੱਗੀ ਬਨੌਟੀ ਫੁੱਲ ਛੇੜਨ 'ਤੇ ਸਾਨੂੰ ਭੱਜ ਭੱਜ ਨਹੀਂ ਪੈ ਰਹੀ ਸੀ। ਘਰ 'ਚ ਹੀ ਆਨੰਦ ਕਾਰਜ ਹੋਏ ਅਤੇ ਬਰਾਤ ਦੇ ਬੈਠਣ ਦਾ ਇੰਤਜ਼ਾਮ ਸਕੂਲ 'ਚ ਕੀਤਾ ਗਿਆ। ਲਾਵਾਂ ਤੋਂ ਬਾਅਦ ਸਾਰੀ ਬਰਾਤ ਸਕੂਲ ਚਲੀ ਗਈ। ਉੱਥੇ ਬੀਬਾ ਸੁਰਿੰਦਰ ਕੌਰ ਆਈ ਹੋਈ ਸੀ। ਸਾਰੀ ਬਰਾਤ ਨੂੰ ਕਾਹਲ ਸੀ ਗਾਉਣ ਵਾਲੀ ਨੂੰ ਸੁਣਨ ਦੀ। ਮੈਂ ਅਤੇ ਮਾਮੇ ਦੀ ਕੁੜੀ ਵੀ ਅੱਖ ਜੀ ਬਚਾ ਕੇ ਸਕੂਲ ਵੱਲ ਜਾਣ ਲੱਗੀਆਂ ਤਾਂ ਮਾਮੇ ਦੀ ਕੁੜੀ ਨੇ ਕਿਹਾ ਕਿ ਇੱਕ ਵਾਰ ਬਾਪੂ ਨੂੰ ਪੁੱਛ ਲਈਏ, ਨਹੀਂ ਤਾਂ ਗਾਲਾਂ ਬਹੁਤ ਪੈਣੀਆਂ। ਅਸੀਂ ਡਰਦੀਆਂ ਮਾਮੇ ਕੋਲ ਗਈਆਂ ਤਾਂ ਮਾਮੇ ਨੇ ਵੀ ਉਈ ਹਾਂ 'ਚ ਸਿਰ ਹਿਲਾ ਦਿੱਤਾ। ਅਸੀਂ ਬਹੁਦਾਈ ਉੱਥੋਂ ਭੱਜੀਆਂ ਸਕੂਲ ਦੀ ਕੰਧ ਕੋਲ ਜਾ ਇੱਟਾਂ ਟਕਾ ਕੇ ਖੜਨ ਨੂੰ ਥਾਂ ਬਣਾਈ। ਡਰ ਵੀ ਸੀ ਵੀ ਕੋਈ ਦੇਖ ਨਾ ਲਏ। ਭੀੜ 'ਚ ਇੰਨਾ ਕੁ ਦਿਸਿਆ ਵੀ ਇੱਕ ਸੋਹਣੀ ਕੁੜੀ ਦੇ ਨੀਲੇ ਰੰਗ ਦਾ ਸੂਟ ਪਾਇਆ ਹੋਇਆ ਸੀ, ਉੱਤੇ ਪੱਤੀਆਂ ਵਾਲਾ ਦੁਪੱਟਾ ਲਿਆ ਹੋਇਆ ਸੀ, ਮੱਥੇ 'ਤੇ ਟਿੱਕਾ ਲੱਗਿਆ ਹੋਇਆ ਸੀ ਜਿਹਨੂੰ ਬਾਰ ਬਾਰ ਠੀਕ ਕਰ ਰਹੀ ਸੀ। ਕਿਸੇ ਨੂੰ ਸੁਰਿੰਦਰ ਕੌਰ ਨੂੰ ਗੋਲੀ ਵਾਲਾ ਬੱਤਾ ਫੜਾਇਆ। ਦੋ ਘੁੱਟਾਂ ਪੀ ਕੇ ਉਹਨੇ ਗਾਉਣਾ ਸ਼ੁਰੂ ਕੀਤਾ, ਹਾਇਓ ਮੇਰੇ ਡਾਢਿਆ ਰੱਬਾ ਕਿ ਨਾ ਜੰਮੀਆਂ ਕਿ ਨਾ ਨਹੀਂ ਲੈ ਜਾਣੀਆਂ। ਗੀਤ ਸੁਣ ਕੇ ਛੋਟਾ ਮਾਮਾ ਰੁਮਾਲ ਨਾਲ ਬਾਰ ਬਾਰ ਅੱਖਾਂ ਪੂੰਝ ਰਿਹਾ ਸੀ। ਇੰਨੇ ਨੇ ਕਿਸੇ ਨੇ ਮਗਰੋਂ ਆ ਕੇ ਸਾਡੇ ਕੰਨਾਂ 'ਚ ਪੋਲਾ ਜਿਹਾ ਮਾਰ ਕੇ ਕਿਹਾ, ਕੁੜੀਓ ਤੁਸੀਂ ਕੀ ਕਰਦੀਆਂ ਇੱਥੇ, ਚਲੋ ਘਰੇ। ਘਰਾਂ 'ਚੋਂ ਲੱਗਦੇ ਮਾਮੇ ਸਵਰਨੇ ਦੇ ਬੋਲਾਂ ਤੋਂ ਹੀ ਸਾਨੂੰ ਡਰ ਲੱਗਿਆ ਅਤੇ ਸਾਡੇ ਮੂੰਹ ਇੰਨਾ ਕੁ ਨਿਕਲਿਆ ਕਿ ਹਰਨਾਮ ਮਾਮੇ ਨੂੰ ਪੁੱਛ ਕੇ ਆਈਆਂ ਅਸੀਂ ਘਰ ਆ ਗਈਆਂ। ਸਵਰਨੇ ਮਾਮੇ ਨੇ ਘਰ ਆ ਕੇ ਹਰਨਾਮ ਮਾਮੇ ਹੱਥੋਂ ਸਬਜ਼ੀ ਵਾਲੇ ਦੇਗੇ ਦਾ ਢੱਕਣ ਫੜਿਆ ਅਤੇ ਖੇਦਾ ਕਹਿਣ ਲੱਗਾ, ਅੱਜ ਗਾਉਣ ਵਾਲੀ ਦੇਖਣ ਗਈਆਂ, ਕੱਲ੍ਹ ਨੂੰ ਨੱਚਣ ਲੱਗ ਜਾਣਗੀਆਂ, ਅਕਲ ਨੂੰ ਹੱਥ ਮਾਰ, ਕੁੜੀਆਂ ਨੂੰ ਕੀ ਸ਼ੋਭਦਾ ਗਾਉਣ ਵਾਲੀਆਂ ਦੇਖਣ। ਹਰਨਾਮੇ ਮਾਮੇ ਨੇ ਮੇਰੇ 'ਤੇ ਨਿੱਕੀ ਵੱਲ ਕੌੜ ਕੇ ਦੇਖਿਆ ਅਤੇ ਕਮਰੇ 'ਚ ਲੈ ਗਿਆ। ਪੁੱਛਣ ਲੱਗਾ, ਕਿਹਨੂੰ ਪੁੱਛ ਕੇ ਗਈਆਂ ਸੀ? ਉਦੋਂ ਸਮਝ ਪਈ ਕਿ ਮਾਮੇ ਨੇ ਬੇਧਿਆਨੇ 'ਚ ਹੀ ਹਾਂ 'ਚ ਸਿਰ ਹਿਲਾ ਦਿੱਤਾ। ਮਾਮੇ ਦੀ ਘੂਰ 'ਤੇ ਅਸੀਂ ਬਿਨਾਂ ਚਪੇੜ ਖਾਧੇ ਹੀ ਅੰਦਰ ਧੀਕ ਕੰਬ ਗਈਆਂ। ਮਾਸੀ ਕੋਲ ਆ ਕਹਿੰਦੀ, ਛੱਡ ਬਾਈ, ਨਿਆਣੀਆਂ ਹੈਗੀਆਂ, ਨਹੀਂ ਪਤਾ ਗਲਤ ਸਹੀ ਦਾ। ਮਾਮਾ ਤਾਂ ਚਲਾ ਗਿਆ ਅਤੇ ਮਾਸੀ ਨੇ ਸਾਨੂੰ ਆਪਦੇ ਕੋਲ ਮੰਜੇ 'ਤੇ ਬਿਠਾ ਲਿਆ। ਪੁੱਛਣ ਲੱਗੀ, ਕਿਹੋ ਜਿਹਾ ਸੂਟ ਪਾਇਆ ਸੀ ਗਾਉਣ ਵਾਲੀ ਦੇ? ਅਸੀਂ ਡਰਦੀਆਂ ਡਰਦੀਆਂ ਮਾਸੀ ਨੂੰ ਦੱਸਤਾ, ਪਰ ਮਾਸੀ ਅੱਜ ਅੜਬ ਨਹੀਂ ਲੱਗ ਰਹੀ ਸੀ। ਮਾਸੀ ਕਹਿਣ ਲੱਗੀ ਕਿ ਕਾਸ਼ ਆਪਾਂ ਵੀ ਜਾ ਸਕਦੀਆਂ। ਇੰਨੇ ਨੂੰ ਵੱਡੀ ਮਾਮੀ ਆ ਗਈ ਅਤੇ ਮਾਮੀ ਨੇ ਮਾਸੀ ਦੀ ਲਟਕਦੀ ਜ਼ੁਲਫ ਉਹਦੇ ਕੰਨਾਂ ਪਿੱਛੇ ਕਰਤੀ, ਕਹਿਣ ਲੱਗੀ, ਆਹ ਹੁਣ ਅਗਾਂਹ ਵਾਲੇ ਘਰ ਕਰ ਲਈ ਸ਼ਕੀਨੀਆਂ, ਜੇਲ੍ਹ ਦਾ ਅਖੀਰਲਾ ਦਿਨ ਹੀ ਆ। ਮਾਮੀ ਪੇਟੀ ਦੇ ਦੌੜੇ ਥੱਲੇ ਆਪਦਾ ਬੈਂਤ ਨਾਲ ਗੁੰਦਿਆ ਨਿੱਕਾ ਪਰਸ ਚੁੱਕਣ ਲੱਗੀ। ਗੀਤ ਗਾ ਰਹੀ ਸੀ ਕਿ ਮੱਛਰਦਾਨੀ ਲੈ ਦੇਵੇ ਮੱਛਰ ਨੇ ਖਾਲੀ ਤੋੜ ਕੇ। ਮਾਸੀ ਨੇ ਕਿਹਾ, ਭਾਬੀ ਉਹ ਸੁਣਾਈ। ਭਾਬੋ ਕਹਿੰਦੀ, ਇਹ ਬਲਵੰਤ ਸਿੰਘਾ ਵੇਲਣਾ ਲਿਆ। ਮਾਮੀ ਹਾਲੇ ਸੁਰੀਲੀ ਆਵਾਜ਼ 'ਚ ਗਾਉਣ ਹੀ ਲੱਗੀ ਸੀ ਕਿ ਨਾਨੇ ਦੀ ਖੂੰਡੀ ਦੀ ਆਵਾਜ਼ ਸੁਣੀ। ਸਭ ਖਿੰਡ ਗਈਆਂ, ਮੈਂ ਅਤੇ ਨਿੱਕੀ ਵੀ। ਉਸ ਦਿਨ ਪਤਾ ਲੱਗਾ ਵੀ ਮਾਸੀਆਂ ਅੜਬ ਨਹੀਂ ਹੁੰਦੀਆਂ ਅਤੇ ਹਰ ਕੁੜੀ ਔਰਤ ਅੰਦਰ ਦੀ ਰੀਝ ਕਿਤੇ ਨਾ ਕਿਤੇ ਦੱਬੀ ਰਹਿ ਜਾਂਦੀ ਹੈ। ਹੁਣ ਕਈ ਸਾਲਾਂ ਬਾਅਦ ਜਦੋਂ ਪੋਤੀ ਨੂੰ ਚੁੰਨੀ ਮੇਰੀ ਰੰਗ ਦੇ ਲਲਾਰੀਆ ਗੀਤ ਗੁਣਗੁਣਾਉਂਦੀ ਸੁਣਦੀ ਹਾਂ ਤਾਂ ਮੇਰਾ ਦਿਲ ਕਰਦਾ ਹੁੰਦਾ ਮੈਂ ਕਿਤੇ ਚੋਰੀ ਜੇ ਸੁਰਿੰਦਰ ਕੌਰ ਦਾ ਅਖਾੜਾ ਸੋਣਾ ਵਾਂ ਅਤੇ ਮਾਮੇ ਦੁਆਰਾ ਫੜੇ ਜਾਣ ਦਾ ਡਰ ਹੋਵੇ ਅਤੇ ਘਰ ਜਾ ਕੇ ਮਾਮੀ ਤੋਂ ਉਹਦੇ ਗਾਣੇ ਸੁਣਾਂ। ਹੁਣ ਹੋਰ ਵਕਤ 'ਤੇ ਧੁੰਦਲਾ ਜਿਹਾ ਜੋ ਉਈਂ ਡਰਾ ਰਿਹਾ, ਯੂਟਿਊਬ ਭਰੀ ਪਈ ਹੈ ਗਾਣਿਆਂ ਨਾਲ, ਪਰ ਜ਼ਿੰਦਗੀ ਦਾ ਖਾਲੀਪਣ ਇਹ ਸੰਗੀਤ ਨਹੀਂ ਭਰ ਸਕਦਾ। ਕੋਇਲਾਂ ਯੂਟਿਊਬ 'ਚ ਕੈਦ ਹੋ ਗਈਆਂ ਅਤੇ ਮਾਮਿਆਂ ਨੇ ਮੁੜ ਦੁਨੀਆਂ 'ਤੇ ਨਹੀਂ ਆਉਣਾ। ਧੰਨਵਾਦ।